ਪਰਮੇਸ਼ਰ ਟੀਵੀ ਵੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਨਾਜ਼ਰੀਨ, ਪਿਆਰੇ ਦਰਸ਼ਕੋ, ਇੱਕ ਅਸੀਂ ਕਹਾਵਤ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਹੱਸਣਾ ਜਿਹੜਾ ਹੈ ਉਹ ਇਕੱਲਿਆਂ ਦਾ ਅਤੇ ਹਾਸਾ ਸਭ ਦਾ, ਯਾਨੀ ਕਿ ਕਿਸੇ ਨੂੰ ਰਵਾਉਣਾ ਬਹੁਤ ਸੌਖਾ ਹੈ ਪਰ ਹਸਾਉਣਾ ਬਹੁਤ ਔਖਾ ਹੈ, ਔਰ ਜਿਹੜਾ ਹਾਸਾ ਹੈ ਕਿਸੇ ਨੂੰ ਹਸਾਉਣਾ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਲਾ ਹੈ, ਔਰ ਹਸਾਉਣ ਦੇ ਵੀ ਵਿਭਿੰਨ ਵਿਭਿੰਨ ਰੰਗ ਨੇ ਔਰ ਵਿਭਿੰਨ ਵਿਭਿੰਨ ਰੰਗਾਂ 'ਚ ਚੁਟਕਲੀ ਵੀ ਸੁਣਾ ਸਕਦੇ ਹਾਂ, ਔਰ ਅੱਜ ਕੱਲ੍ਹ ਖਾਸ ਤੌਰ 'ਤੇ ਜਿਹੜਾ ਜ਼ਮਾਨਾ ਹੈ ਮੀਡੀਆ ਦਾ ਜ਼ਮਾਨਾ, ਮੀਡੀਆ ਦੀ ਚਕਾ ਚੌਂਦ ਹੈ, ਔਰ ਉਹਦੇ ਵਿੱਚ ਇੱਕ ਖਾਸ ਜਿਹੜਾ ਰੰਗ ਹੈ ਉਹ ਹੈਗਾ ਸਟੈਂਡ ਅਪ ਕਮੇਡੀਅਨ, ਦਰਸ਼ਕਾਂ ਦੇ ਨਾਲ ਸਟੇਜ ਦੇ ਉੱਪਰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਔਰ ਉਹਨਾਂ ਨੂੰ ਉਂਗਲੀ ਫੜ ਕੇ ਨਾਲ ਦੀ ਨਾਲ ਤੋਰ ਲੈਣਾ, ਉਹਨਾਂ ਨੂੰ ਹਸਾਉਣਾ, ਔਰ ਖਾਸ ਤੌਰ 'ਤੇ ਅੱਜ ਕੱਲ੍ਹ ਜਿਹੜੀਆਂ ਰੋਜ਼ਮਰ੍ਹਾ ਦੀਆਂ ਸਾਡੀਆਂ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਔਰ ਉਹਨਾਂ ਦੇ ਉੱਪਰ ਸਟਾਇਰ ਕਰਨਾ, ਉਹਨਾਂ ਦੇ ਉੱਪਰ ਵਿਅੰਗ ਕਰਨਾ ਅਤੇ ਫਿਰ ਲੋਕਾਂ ਨੂੰ ਹਸਾਉਣਾ। ਔਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਨੌਜਵਾਨ ਕਾਮੇਡੀਅਨ ਦੇ ਨਾਲ ਕਰਵਾਉਣ ਜਾ ਰਹੇ ਹਾਂ ਕਿ ਉਹ ਇੰਡੀਆ ਦਾ ਕੀ ਦੇਸ਼ ਵਿਦੇਸ਼ ਦੇ ਵਿੱਚ ਉਹਦਾ ਨਾਂ ਚਮਕਿਆ ਹੋਇਆ, ਸੁਪਰ ਸਟਾਰ ਹੈ ਜੀ, ਔਰ ਨਾਲ ਆਵਾਂਗਾ ਔਰ ਤੁਹਾਡੇ ਚਿਹਰੇ 'ਤੇ ਮੁਸਕਾਨ ਆ ਜਾਏਗੀ। ਉਹਨਾਂ ਦਾ ਨਾਂ ਹੈ ਜੀ ਅਮਿਤ ਟੰਡਨ, ਔਰ ਅਮਿਤ ਟੰਡਨ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ, ਔਰ ਖੁਸ਼ੀ ਦੀ ਗੱਲ ਨਾਲ ਇਹ ਹੈ ਕਿ ਇਸ ਸਾਲ ਉਹ ਕੈਨੇਡਾ ਦੇ ਵਿੱਚ ਆਪਣਾ ਟੂਰ ਲੈ ਕੇ ਵੀ ਆ ਰਹੇ ਨੇ। ਲਓ ਜੀ, ਸਭ ਤੋਂ ਪਹਿਲਾਂ ਅਮਿਤ ਹੋਣਾ ਦਾ ਆਪਾਂ ਸਵਾਗਤ ਕਰਦੇ ਹਾਂ, ਇਸਤਕਬਾਲ ਕਰਦੇ ਹਾਂ। ਅਮਿਤ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਜੀ, ਨਮਸਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸੰਧੂ ਸਾਹਿਬ, ਕੀ ਹਾਲ ਚਾਲ ਹੈ? ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ? ਹਾਂਜੀ, ਠੀਕ ਠਾਕ, ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਨਾ ਇੱਕ ਰਸਮੀ ਜਿਹਾ ਸਵਾਲ ਹੁੰਦਾ ਹੈ, ਉਹ ਫਾਰਮੈਲਿਟੀ ਹੁੰਦੀ ਹੈ, ਉਹ ਦੱਸੋ ਕਿ ਤੁਹਾਡਾ ਪਿਛੋਕੜ ਕਿਹੜਾ ਹੈ? ਪਿੱਛੋਂ ਜੀ ਜਿਵੇਂ ਪੰਜਾਬੀ ਹੈਗੇ ਆ ਤੇ ਫੈਮਿਲੀ ਪਹਿਲੇ ਪਾਕਿਸਤਾਨ ਤੋਂ ਆਈ 47 ਚ, ਜਿਵੇਂ ਕਾਫੀ ਤੁਸੀਂ ਸੁਣਿਆ ਹੋਣਾ, ਕਾਫੀ ਜਿਹਨਾਂ ਸੀ ਜੀ ਪਾਕਿਸਤਾਨ ਤੋਂ ਮੂਵ ਕੀਤੇ, ਪਹਿਲੇ ਅੰਮ੍ਰਿਤਸਰ ਆਏ, ਫਿਰ ਉਹਦੇ ਤੋਂ ਬਾਅਦ ਪਟਿਆਲੇ ਸੈਟਲ ਹੋਏ ਜੀ, ਤੇ ਮੇਰਾ ਫਸਟ ਪਟਿਆਲੇ ਦਾ, ਫਿਰ ਮੈਂ ਚੰਡੀਗੜ੍ਹ ਵੱਡਾ ਹੋਇਆ ਕੁਛ ਟਾਈਮ, 10th ਕਲਾਸ ਤੱਕ ਚੰਡੀਗੜ੍ਹ ਰਹੇ, ਉਹਦੇ ਤੋਂ ਬਾਅਦ 26-27 ਸਾਲ ਤੋਂ ਅਸੀਂ ਦਿੱਲੀ ਸੀਗੇ, ਤੇ ਹੁਣ ਕੰਮ ਲੈ ਕੇ ਆ ਗਿਆ ਬੰਬੇ, ਤੇ ਫਿਰ ਹੁਣ ਬੰਬੇ ਬੈਠੇ ਆ ਹੁਣ ਆ ਕੇ ਇਸੇ ਸਾਲ। ਮੈਨੂੰ ਅਮਿਤ ਜੀ ਇੱਕ ਗੱਲ ਦੱਸੋ ਕਿ ਅਮਿਤ ਟੰਡਨ ਦਾ ਮੈਰਿਡ ਗਾਏ, ਔਰ ਮੈਰਿਡ ਗਾਏ ਤੇ ਨਾਲ ਹਸਾਉਣਾ, ਇਹ ਕੋਈ ਤਾਲਮੇਲ ਬਣਦਾ ਨੀਗਾ? ਸਗੋਂ ਇਹੀ ਤਾਲਮੇਲ ਬਣਦਾ। ਮੈਂ ਤੁਹਾਨੂੰ ਦੱਸਣਾ ਹੈ ਕਿ ਇੱਕ ਨਾ ਇੰਗਲਿਸ਼ ਵਿੱਚ ਕਹਾਵਤ ਹੈ ਵੀ ਕਾਮੇਡੀ ਇਜ਼ ਟ੍ਰੈਜੇਡੀ ਪਲੱਸ ਟਾਈਮਿੰਗ। ਵਾਹ, ਬਹੁਤ ਖੂਬ। ਜਦੋਂ ਤੁਸੀਂ ਆਪਣਾ ਦਰਦ ਲੋਕਾਂ ਨਾਲ ਵੰਡਦੇ ਹੋ ਤਾਂ ਲੋਕਾਂ ਨੂੰ ਅੱਛਾ ਲੱਗਦਾ, ਤੇ ਜੇ ਖਾਸ ਕਰਕੇ ਉਹਨਾਂ ਦਾ ਵੀ ਸੇਮ ਦਰਦ ਰਿਹਾ ਹੋਵੇ ਤੇ ਫਿਰ ਉਹ ਜ਼ਿਆਦਾ ਹੱਸਦੇ ਆ, ਉਹ ਜ਼ਿਆਦਾ ਕਨੈਕਟ ਕਰਦੇ ਆ। ਤੇ ਮੈਂ ਜਦੋਂ ਕਾਮੇਡੀ ਸ਼ੁਰੂ ਕੀਤੀ ਸੀ ਉਦੋਂ ਇਹ ਹੁੰਦਾ ਸੀ ਵੀ ਅਸੀਂ ਓਪਨ ਮਾਈਕ ਤੇ ਜਾਂਦੇ ਸੀ ਜਿੱਥੇ 10-10 ਕਮੇਡੀਅਨ ਹੁੰਦੇ ਸੀ ਲਾਈਨਾਂ ਵਿੱਚ, ਤੇ ਤੁਹਾਨੂੰ 5 ਮਿੰਟ ਮਿਲਦੇ ਸੀ ਸਟੇਜ ਤੇ, ਤੇ ਜ਼ਿਆਦਾਤਰ ਜਿਹੜੇ ਕਮੇਡੀਅਨ ਸੀ ਉਹ ਕੁਆਰੇ ਸੀ, ਛੜੇ ਸੀਗੇ, ਤੇ ਤਾਂ ਕਰਕੇ ਮੇਰਾ ਸਮਾਂ ਉਹ ਨਾਮ ਹੀ ਉਹ ਅਮਿਤ ਟੰਡਨ ਦਾ ਮੈਰਿਡ ਗਾਏ ਕਰਕੇ ਉਹਨਾਂ ਨੇ ਇੰਟਰੋਡਿਊਸ ਕਰਨਾ ਸ਼ੁਰੂ ਕਰਤਾ, ਕਿਉਂਕਿ ਮੈਂ ਆਪਣੇ ਵਿਆਹ ਦੀਆਂ ਗੱਲਾਂ ਕਰਦਾ ਸੀ ਤੇ ਮੈਂ ਇਹ ਦੇਖਿਆ ਵੀ ਆਪਣੀ ਪ੍ਰੋਬਲਮ ਤੁਸੀਂ ਸੁਣਾਓ ਚੱਜ ਨਾਲ, ਤੇ ਲੋਕੀ ਹੱਸਦੇ ਵੀ ਹੈ ਤੇ ਤੁਹਾਨੂੰ ਪੈਸੇ ਵੀ ਦੇਣ ਨੂੰ ਤਿਆਰ ਹੈ। ਵੀ ਮੇਰੀ ਵਾਈਫ ਨੂੰ ਸੀ ਵੀ ਤੂੰ ਹੁਣ ਮੀਡੀਆ ਲਾਈਨ ਵਿੱਚ ਜਾ ਰਿਹਾ, ਕਿਉਂਕਿ ਮੈਂ ਤਾਂ ਪ੍ਰੋਪਰ ਨੌਕਰੀ ਕਰ ਰਿਹਾ ਸੀ ਜੀ, ਤੇ ਮੀਡੀਆ ਬਾਰੇ ਲੋਕਾਂ ਨੇ ਫਿਰ ਸੁਣਿਆ ਹੁੰਦਾ ਵੀ ਕਿਆ ਕਿਆ ਤਰੀਕੇ ਦੀ ਡਿਸਟ੍ਰੈਕਸ਼ਨ ਹੁੰਦੀ ਹੈ, ਕਿਆ ਕਿਆ ਹੋ ਜਾਂਦਾ, ਉਹ ਕਿੰਨੀ ਅਫਵਾਹ ਹੈ ਕਿੰਨੀ ਸੱਚ ਹੈ ਉਹ ਤਾਂ ਕਿਸੇ ਨੂੰ ਪਤਾ ਨੀ ਜੀ। ਫਿਰ ਉਹਨੂੰ ਸੀ ਜੇ ਤੂੰ ਜਾ ਕੇ ਸ਼ੋਜ਼ ਕਰਨੇ ਹੈ ਜਾਂ ਟੀਵੀ ਤੇ ਕਰਨਾ ਹੈ ਜਾਂ ਪਿਕਚਰਾਂ 'ਚ ਕੱਲ੍ਹ ਨੂੰ ਜਾਣਾ, ਤੇ ਸਭ ਤੋਂ ਪਹਿਲਾਂ ਤਾਂ ਹੱਥ ਆ, ਸਭ ਤੋਂ ਪਹਿਲਾਂ ਜਾ ਕੇ ਰੌਲਾ ਪਾ ਦੇ ਵੀ ਤੂੰ ਵਿਆਹ ਹੋ ਰੱਖਿਆ, ਮੈਨੂੰ ਰਿੰਗ ਵੀ ਦੁਬਾਰਾ ਲੈ ਕੇ ਦਿੱਤੀ, ਮੇਰੀ ਓਰੀਜਨਲ ਮੁੰਦਰੀ ਨਹੀਂ ਹੈ ਜੀ। ਜਦੋਂ ਕਾਮੇਡੀ ਚ ਆਇਆ ਉਹਨੇ ਤੋਂ ਬਾਅਦ ਤੇ ਮੈਰਿਡ ਵਾਲੀ ਇਹ ਤਾਂ ਘਰ ਘਰ ਦੀ ਕਹਾਣੀ ਹੈ। ਅੱਛਾ, ਮੈਂ ਪੁੱਛਣਾ ਚਾਹੁੰਦਾ ਸੀਗਾ, ਹੁਣੇ ਤੁਸੀਂ ਜ਼ਿਕਰ ਕੀਤਾ ਕਿ ਤੁਹਾਡਾ ਪ੍ਰੋਫੈਸ਼ਨ ਪਹਿਲਾਂ ਹੋਰ ਸੀ ਔਰ ਫਿਰ ਤੁਸੀਂ ਬਾਅਦ ਵਿੱਚ ਕਾਮੇਡੀ ਵਿੱਚ ਤੇ ਆਏ, ਕੀ ਤੁਹਾਡਾ ਪਹਿਲਾ ਪ੍ਰੋਫੈਸ਼ਨ ਸੀ ਤੇ ਕਾਮੇਡੀ ਦੇ ਵਿੱਚ ਤੁਸੀਂ ਕਿਵੇਂ ਆਏ? ਮੈਂ ਜੀ ਇੰਜੀਨੀਅਰਿੰਗ ਕੀਤੀ ਹੈ, ਮੈਂ MBA ਕੀਤੀ ਹੈ, ਮੈਂ ਇੰਜੀਨੀਅਰਿੰਗ ਕੀਤੀ ਹੈ ਬਠਿੰਡੇ ਤੋਂ ਗਵਰਨਮੈਂਟ ਇੰਜੀਨੀਅਰਿੰਗ ਕਾਲਜ ਤੋਂ, ਤੇ ਉਹਦੇ ਤੋਂ ਬਾਅਦ MBA ਕੀਤੀ, ਕੁਛ ਸਾਲ ਨੌਕਰੀ ਕੀਤੀ, ਫਿਰ ਮੈਂ ਆਪਣਾ ਕੰਮ ਕਰਦਾ ਸੀ, ਮੇਰਾ HR ਕੰਸਲਟਿੰਗ ਦਾ ਕੰਮ ਸੀ ਰਿਕਰੂਟਮੈਂਟਸ ਦਾ ਜੀ, ਤੇ ਕੰਪਨੀ ਦਾ ਸਿਰਫ ਸ਼ੌਕ ਹੀ ਆਇਆ ਸੀ ਪਹਿਲੇ, ਕਿਉਂਕਿ ਆਪਣਾ ਬਿਜ਼ਨਸ ਚੱਲ ਰਿਹਾ ਸੀ
अच्छा चल रहा थी। इतने सिर्फ ऐसे भी शामी गए अपना भी एज अ हॉबी भी, चलो लोग स्टेज पे जाने हैं 5 मिनट करते हैं तो आप भी कोशिश कर लेने हैं, तो कोई ऐसा नहीं सी भी करियर बनाना है या कुछ भी, मजे लेने हैं क्योंकि कॉलेज टाइम में कितना ऐसी थोड़ा बहुत जाना शुरू किया। मोटिवेट किया कि तू जाके ट्राई कर। मेरे केस वो नहीं सी, मेरे ऐसी भी थोड़ा क्योंकि कॉलेज टाइम मैं थिएटर काफी लिखता हूं सी, मैं आई वाज मोर ऑफ अ राइटर भी, जिवें ऐसी प्लेस वगैरह करते सी तो मैं लिखने ते मैं कॉमेडी प्लेस लिखता सी, ता करके मैं लगता सी भी लिखता मैं सकता अच्छा, ते पर इस एज ता के हुंदा भी तुसी थिएटर इस करके नहीं कर सकते भी 10 बंदियां नाल कौन कोऑर्डिनेट करेगा, कितने रलोगे मिलोगे बैठोगे करोगे, फिर बंदा कहना चल कॉमेडी घट्टो घट एक बार स्टेज पर जाके चुटकले सुनाने वो कल्ले वाला काम है वो ट्राई कर लो, ता करके दुनिया पहचानना शुरू कर दे उस स्टेज दे आके अंदरों किद्दां दी खुशी मिलदी है, पैसा भी आ रहा है लोकी पसंद भी कर रहे हैं, इहदे बारे बहुत अच्छा लगता है। एक तां हले तक मैनूं काफी अनबिलीवेबल भी लगता है, कई बार बंदे लगता है कि यार सुखना ही तो नहीं चल रहा है यार, इसका कभी सोचा ही नहीं सी कि लोग की आगे कोई फोटो भी खिंचवा रहा है, फिर कभी कनाडा तो मैसेज आ रहे हैं, कभी अमरीका लोग, मैं हले भी अपनी वाइफ नूं कहना भी यार ये की प्रोफेशन है भी लोग की मैनू 7 समुंदर पार बुला रहे हैं भी जी, चुटकले सुना जी, मैं तेरे नाल सौंदा तू तो सुनदी नहीं ते बड़ा अच्छा लगता है, मतलब काफी लगता भी रब ने बड़ी मेहरबानी की है भी ऐसे काम च पाया जिथे तुसी लोकां नूं हसा रहे हो। बिल्कुल सब तो ज्यादा टचिंग उदो हुंदा जदों लोकी हॉस्पिटल वगैरह तो किसी का मैसेज आएगा भी जी असी हॉस्पिटल है पर तुहाडे वीडियोज असी देखदे आ ते सानूं बड़ा जी अच्छा वक्त निकल जांदा है, ते बहुत उस करके यू फील वेरी ब्लेस्ड जी। तुसी अमित जी 7 समुंदर पार की गल कीती है ते हुण तुहाडा जिहड़ा टूर आ रहा है 2019 वाला कैनेडा दा, उहदे बारे थोड़ी जिहा दसो। कैनेडा पिछली बारी भी मैं आया सी ते 5 शोज किते सी, काफी प्यार मिला साडे शोज, काफी लोग आए देखन ते हालांकि इन्नी ठंड सी, इस बारी फिर असी वही 5 सिटीज कर रहे हैं, वैंकूवर कर रहे हैं, टोरोंटो कर रहे हैं, एडमंटन, कैलगरी ते मॉन्ट्रियल, ते इन्हां 5 सिटीज सारा यह भी इस बारी मैं एक पूरा नवा शो लेके आ रहा जी, जे तुसी पिछली बारी मैनूं देखा भी सी ते कोई जोक्स पुराने नहीं है, पूरा नवा 90 मिनट का शो लेके आ रहा, तो आई एम वेरी एक्साइटेड, काफी प्यार मिला थी पिछली बार सानू टोरंटो, मेरे ख्याल 1200-1300 लोग आए सी होली वाले दिन जी, ते ता करके कॉन्फिडेंस होया कि जी दोबारा आने हैं ते देखने हैं भी उन्ना प्यार दोबारा मिलता है क्या है कैसा लगता है लोगों ने। नहीं बिल्कुल तो, प्यार मिला जी। एक मैं तुहाडे कोल सवाल होर करना चाहुंदा कि जो तुसी इस लाइन दे विच हुंदे हो ते तुहाडे कई मुकाबलतन यानी कि कॉम्पीटिटर बहुत हुंदे ने, जिद्दां मान लो कि भी आपां कुछ जिक्र कर दिंदे कि कपिल शर्मा होनी, वीरदास होनी, ਤੁਸੀਂ ਕਿਹਨਾਂ ਨੂੰ ਆਪਣੇ ਕੰਪੀਟੀਟਰ ਮੰਨਦੇ ਹੋ ਜਾਂ ਤੁਸੀਂ ਕਿਹਨਾਂ ਨੂੰ ਆਪਣੇ ਆਦਰਸ਼ ਮੰਨਦੇ ਹੋ ਕਿ ਮੈਂ ਹਾਂ ਉਸ ਸਟੇਜ ਤੇ ਪਹੁੰਚਣਾ ਵਾ ਕਿ ਅਜੇ ਮੈਂ ਸੈਟੀਸਫਾਈ ਨਹੀਂ ਹੋਇਆ, ਇਹਦੇ ਬਾਰੇ ਕੁਝ ਦੱਸੋ। ਮੈਂ ਜੀ ਇੱਕ ਤਾਂ ਕੰਪੀਟੀਸ਼ਨ ਵਾਲੀ ਗੱਲ ਨਹੀਂ, ਹੁਣ ਕਿਹਾ ਕਿ ਕਾਮੇਡੀ ਚ ਅਲੱਗ ਅਲੱਗ ਜੋਨਰ ਆ ਗਏ ਹੈ, ਅਲੱਗ ਹਰ ਇੱਕ ਬੰਦੇ ਦੀ ਇੱਕ ਆਪਣੀ ਅਲੱਗ ਆਡੀਅੰਸ ਬਣਨੀ ਸ਼ੁਰੂ ਹੋਈ ਹੈ ਜੀ, ਤੁਸੀਂ ਇਨ ਟਰਮਸ ਆਫ ਕਾਮੇਡੀ ਦੇਖੋਗੇ, ਕੰਟੈਂਟ ਦੇਖੋਗੇ, वीरदास का काफी इंटरनेशनल कंटेंट है तो वो मतलब सिर्फ हिंदुस्तानियों नु नहीं, वो इंटरनेशनल ऑडियंस नु काफी टारगेट कर रहा है। तो इस बारे में कभी सोचा कि मैं कुछ इंटरनेशनल तौर पर भी जाके कीता जावे? हां जी हां जी, तो वो ऑडियंस थोड़ी जी अलग है उनकी। कपिल शर्मा एक अलग लेवल का टैलेंट है जी, वो है कपिल शर्मा इज अ टेलीविजन कॉमेडियन वेयर एज आई एम अ लाइव कॉमेडियन जी, वो उन्हें फर्क है भी जिवें थिएटर से मेरी हाजरी लगे फिल्मां जाके कॉमेडी करा। ਮੈਨੂੰ ਪਤਾ ਨਹੀਂ ਜੀ ਮੈਂ ਐਕਟਿੰਗ ਕਰ ਸਕਦਾ ਕਿ ਨਹੀਂ ਕਰ ਸਕਦਾ, ਹਲੇ ਤੱਕ ਕੋਈ ਐਸਾ ਡਿਸਕਸ਼ਨ ਹੋਇਆ ਨਹੀਂ,
बाकी कुछ होर प्रोजेक्ट कर रहा मैं जेडे मेरे दिल के करीब हैं जो कॉमेडी नाल रिलेटेड भी नहीं है बट जी जो मेरे अपनी कुछ स्टोरीज हैं मैं पार्टीशन पे एक प्रोजेक्ट कर रहा हूँ जिंदे ते ऐसी एक सीरीज लिख रहा हूँ पूरी 1947 ते उन्दे ते काम कर रहा हूँ जसपाल भट्टी जी की लाइफ से एक सीरीज पे काम चल रहा है मैं उस तरीके से प्रोजेक्ट कर रहा हूँ स्टैंड अप कॉमेडी टेलीविजन शायद हले कुछ दूर है हले मेरे ख्याल में कुछ साल लगन गए हले उन्दे तक पहुंचते बहुत खूब ਤੁਹਾਡੇ ਆਉਣ ਵਾਲੇ ਪ੍ਰੋਜੈਕਟ ਵਾਸਤੇ ਤੁਹਾਨੂੰ ਸ਼ੁਭਕਾਮਨਾਵਾਂ ਬੈਸਟ ਵਿਸ਼ੇਸ ਔਰ ਅਸ ਇੱਕ ਛੋਟੀ ਜੀ ਬ੍ਰੇਕ ਲੈਨੇ ਆ ਜੀ ਛੋਟੀ ਜੀ ਵਕਫੇ ਤੋਂ ਬਾਅਦ ਫਿਰ ਦੁਬਾਰਾ ਹਾਜ਼ਰ ਹੁੰਨੇ ਆ ਜੀ ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਔਰ ਅੱਜ ਸਾਡੇ ਨਾਲ ਪ੍ਰਸਿੱਧ ਕਾਮੇਡੀਅਨ ਅਮਿਤ ਟੰਡਨ ਜੀ ਹਾਜ਼ਰ ਨੇ ਉਹਨਾਂ ਦੇ ਨਾਲ ਉਹਨਾਂ ਦੀਆਂ ਜੀਵਨ ਅਤੇ ਉਹਨਾਂ ਦੀ ਕਲਾ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਜੀ ਆਓ ਜੀ ਅਗਲੀ ਗੱਲ ਉਹਨਾਂ ਦੇ ਕੋਲ ਜਾਣਦੇ ਹਾਂ ਅਮਿਤ ਜੀ ਮੈਂ ਜਾਣਨਾ ਚਾਹੁੰਦਾ ਕਿ ਜਦੋਂ ਦਾ ਤੁਸੀਂ ਕਾਮੇਡੀ ਕਰਨੀ ਸ਼ੁਰੂ ਕੀਤੀ ਔਰ ਤੁਸੀਂ ਵੱਖ ਵੱਖ ਜਗ੍ਹਾ 'ਤੇ ਸ਼ੋਜ਼ ਕਰਦੇ ਔਰ ਇੰਨੇ ਤੁਹਾਡੇ ਐਕਸਪੀਰੀਅੰਸਿਸ ਹੁੰਦੇ ਨੇ ਔਰ ਕਈ ਵਾਰੀ ਹੁੰਦੇ ਨੇ ਕੁਛ ਖੱਟੇ ਹੁੰਦੇ ਕੁਛ ਮਿੱਠੇ ਹੁੰਦੇ ਕੁਝ ਆਪਣੇ ਐਕਸਪੀਰੀਅੰਸਿਸ ਸਾਂਝੇ ਕਰੋ ਸਾਡੇ ਨਾਲ ਇਹ ਕਾਫੀ ਆਪਣੇ ਆਪ ਵਿੱਚ ਬੜੀ ਲੰਬੀ ਕਿਉਂਕਿ ਅਸੀਂ ਪਰਫਾਰਮ ਕਰਨ ਵਿੱਚ ਮੈਂ ਤੁਹਾਨੂੰ ਦੱਸਣਾ ਮੈਂ ਨਾਰਮਲ ਪਬਸ ਬਾਰਸ ਆਡੀਟੋਰੀਅਮ ਤੱਕ ਕੀਤੇ ਹੀ ਹੈ ਸ਼ੋਜ਼ ਫਿਰ ਹਸਪੀਟਲ ਵਿੱਚ ਵੀ ਕੀਤੇ ਹੈ ਮੰਦਰ ਵਿੱਚ ਵੀ ਪਰਫਾਰਮ ਕੀਤਾ ਹੈ ਜੇਲ੍ਹ ਵਿੱਚ ਵੀ ਪਰਫਾਰਮ ਕੀਤਾ ਹੈ ਜੀ ਵਾਹ ਤੇ ਇੱਕ ਸ਼ੋਅ ਮੈਂ ਕੀਤਾ ਸੀ 5 ਸਾਲ ਪਹਿਲੇ ਤਿਹਾੜ ਜੇਲ੍ਹ ਦੇ ਅੰਦਰ ਵਾਹ ਉਹਦੀ ਸੁਣਾਓ ਜੀ ਨਹੀਂ ਅਸੀਂ ਫੜੇ ਨਹੀਂ ਗਏ ਸੀ ਬਸ ਉਹਨਾਂ ਨੇ ਬੁਲਾਇਆ ਸੀ ਠੀਕ ਹੈ ਸ਼ੋਅ ਕਰਨ ਤੇ ਉਹ ਇੱਕ ਅਲੱਗ ਐਕਸਪੀਰੀਅੰਸ ਸੀਗਾ ਉਹ ਐਕਸਪੀਰੀਅੰਸ ਸਾਂਝਾ ਕਰੋ ਥੋੜਾ ਜਿਹਾ ਜੀ ਹਸਾਓ ਸਾਡੇ ਕੁਝ ਦਰਸ਼ਕਾਂ ਨੂੰ ਦੇਖੋ ਜੇਲ੍ਹ ਦੇ ਅੰਦਰ ਪਰਫਾਰਮ ਕਰਨਾ ਅਲੱਗ ਲੈਵਲ ਦੀ ਟੈਨਸ਼ਨ ਹੈ ਕਿਉਂਕਿ ਬੰਦੇ ਨੂੰ ਹੁੰਦਾ ਜੇ ਇਹਨਾਂ ਨੂੰ ਮੈਂ ਜ਼ਿਆਦਾ ਪਸੰਦ ਆ ਗਿਆ ਜੀ ਤਾਂ ਵੀ ਨਾ ਰੱਖ ਲੈਣ ਕਿਤੇ ਤੇ ਨਾਮ ਸਾਦਾ ਆਇਆ ਤਾਂ ਵੀ ਨਾ ਰੱਖ ਲੈਣ ਕਿਤੇ ਹਾਂ ਕਿਉਂਕਿ ਅਗਲੇ ਨੂੰ ਕਿਸੇ ਨੂੰ ਬੰਦੇ ਨੂੰ ਇਹ ਵੀ ਡਰ ਲੱਗਦਾ ਜ਼ਿਆਦਾ ਇਹ ਹੱਸ ਪਏ ਜਿਹੜੇ ਹੁਣ ਕਿਉਂਕਿ ਕਾਫੀ ਇਨਮੇਟ ਸੀਗੇ ਯਾਰ 1200-1300 ਕੈਦੀ ਸੀਗੇ ਜਿਨ੍ਹਾਂ ਵਾਸਤੇ ਅਸੀਂ ਪਰਫਾਰਮ ਕੀਤਾ ਜੀ ਮੈਂ ਅਗਲੇ ਨੂੰ ਪਸੰਦ ਆ ਜਾਏ ਜ਼ਿਆਦਾ ਕੱਲ੍ਹ ਨੂੰ ਨਿਕਲੇਗਾ ਬਾਹਰ ਤੇ ਹੋਰ ਸਾਨੂੰ ਕਿਡਨੈਪ ਕਰਕੇ ਲੈ ਜਾਏ ਵੀ ਯਾਰ ਹੁਣ ਤੂੰ ਸਾਨੂੰ ਹਸਾ ਜੀ ਤੇ ਇੱਕ ਵਾਰੀ ਕੀਤਾ ਸੀ ਮੈਂ ਗੈਂਗਸਟਰਸ ਵਾਸਤੇ ਵੀ ਪਰਫਾਰਮ ਕੀਤਾ ਸੀ ਮੈਨੂੰ ਬਾਅਦ ਚ ਕੀ ਬਾਤ ਹੈ ਉਹ ਉਹ ਸੁਣਾਓ ਜੀ ਉਹ ਆਕਿਆ ਕਿੱਦਾਂ ਦਾ ਰਿਹਾ ਤੇ ਕੀ ਕੀ ਕਹਾਣੀ ਸੀ ਉਹਦੀ ਉਹ ਕਹਾਣੀ ਇਹ ਸੀ ਜੀ ਮੈਂ ਨਾਗਾਲੈਂਡ ਗਿਆ ਸੀ ਦੀਮਾਪੁਰ ਕਰਕੇ ਇੱਕ ਜਗ੍ਹਾ ਹੈਗੀ ਜੀ ਤੇ ਉੱਥੇ ਉਹ ਕੀਤਾ ਅੱਛਾ ਉੱਥੇ ਸ਼ਰਾਬਬੰਦੀ ਹੈ ਅੱਛਾ ਜੀ ਠੀਕ ਹੈ ਉਹ ਡਰਾਈ ਸਟੇਟ ਹੈ ਤੇ ਉੱਥੇ ਪਬ ਜਿਹੜਾ ਸੀਗਾ ਰੈਸਟੋਰੈਂਟ ਉੱਥੇ ਪਰਫਾਰਮ ਕੀਤਾ ਕਾਫੀ ਅੱਛਾ ਗਿਆ ਸ਼ੋਅ 1.25 ਘੰਟੇ ਦਾ ਸ਼ੋਅ ਕੀਤਾ ਉਹਦੇ ਤੋਂ ਬਾਅਦ ਪਰ ਉੱਥੇ ਨਾ ਸ਼ਰਾਬ ਮਿਲ ਰਹੀ ਸੀ ਓਕੇ ਤੇ ਸ਼ੋਅ ਤੋਂ ਬਾਅਦ ਫਿਰ ਉਹਦਾ ਰੈਸਟੋਰੈਂਟ ਦਾ ਓਨਰ ਮੇਰੇ ਕੋਲ ਆਇਆ ਕਹਿੰਦਾ ਸਰ ਸਾਨੂੰ ਨਾ ਜਿਹੜੇ ਸ਼ਰਾਬ ਦਿਲਵਾਉਂਦੇ ਹੈ ਜਿਹੜੇ ਸਾਨੂੰ ਪ੍ਰੋਟੈਕਸ਼ਨ ਦਿਲਵਾਉਂਦੇ ਹੈ ਠੀਕ ਹੈ ਉਹ ਆਏ ਹੋਏ ਆ ਉਹਨਾਂ ਨੂੰ ਪਤਾ ਚੱਲਿਆ ਵੀ ਇੱਥੇ ਕਾਮੇਡੀ ਹੋ ਰਹੀ ਹੈ ਤੇ ਤੁਸੀਂ ਦੁਬਾਰਾ ਪਰਫਾਰਮ ਕਰ ਠੀਕ ਹੈ ਮੇਰਾ ਤਾਂ ਮਟੀਰੀਅਲ ਖਤਮ ਹੋ ਗਿਆ ਕਹਿੰਦੇ ਨਹੀਂ ਤੁਸੀਂ ਦੁਬਾਰਾ ਸੇਮ ਮਟੀਰੀਅਲ ਕਰ ਦਿਓ ਤੇ ਫਿਰ ਮੈਂ ਦੁਬਾਰਾ ਪਹਿਲਾਂ ਤੁਸੀਂ ਉਹ ਜੋਕ ਸੁਣਾ ਚੁੱਕੇ ਹੋ ਤੇ ਫਿਰ ਉਸ ਟੈਨਸ਼ਨ ਦੇ ਮਾਹੌਲ ਦੇ ਵਿੱਚ ਉਹ ਮੈਂ ਇੱਕ ਤਾਂ ਟੈਨਸ਼ਨ ਚ ਵੀ ਤੇ ਵੈਸੇ ਜਾਣ ਕੇ ਵੀ ਮੈਂ ਘਟੀਆ ਹੀ ਪਰਫਾਰਮ ਕੀਤਾ ਉਹ 10 ਮਿੰਟ ਫਿਰ ਉਹਦੇ ਤੋਂ ਬਾਅਦ ਜਦੋਂ ਮੈਂ ਉਤਰਾਂ ਉਹ ਵੀ ਸ਼ੁਕਰ ਮਨਾਨ ਕੀ ਸ਼ੁਕਰ ਹੈ ਉਤਰਿਆ ਆਉਂਦਾ ਤਾਂ ਇਹਨੂੰ ਕੱਖ ਨਹੀਂ ਹੈਗਾ ਤੇ ਉਹ ਪਹਿਲੀ ਵਾਰ ਸੀ ਵੀ ਐਜ਼ ਅ ਕਲਾਕਾਰ ਮੈਂ ਸਟੇਜ ਤੇ ਆਪਣਾ ਵਰਸਟ ਕਰ ਰਿਹਾ ਸੀ ਠੀਕ ਹੈ ਅੱਛਾ ਜਦੋਂ ਕਿਸੇ ਨੂੰ ਪਸੰਦ ਨਾ ਆਵਾਂ ਮੈਂ ਪੁੱਛਣਾ ਚਾਹੁੰਦਾ ਜੋ ਕਲਾਕਾਰ ਐਸਟੈਬਲਿਸ਼ ਹੋ ਜਾਂਦਾ ਹੈ ਤੇ ਉਹਨਾਂ ਸਾਰਿਆਂ ਦਾ ਜਿਹੜਾ ਟਿਕਾਣਾ ਹੁੰਦਾ ਹੈ ਉਹ ਮੁੰਬਈ ਬਣ ਜਾਂਦਾ ਹੈ ਤੇ ਤੁਹਾਨੂੰ ਲੱਗਦਾ ਵੀ ਆਪਣੇ ਕੈਰੀਅਰ ਨੂੰ ਬੂਸਟ ਕਰਨ ਵਾਸਤੇ ਬੰਬੇ ਦਾ ਕਿੰਨਾ ਕੁ ਵੱਡਾ ਹੱਥ ਹੈ ਜੀ ਕਰੀਅਰ ਵਿੱਚ ਦੇਖੋ ਜਿੱਥੇ ਤੱਕ ਮੈਂ ਹੁਣ ਆਇਆ ਜਿਹੜੇ ਮੁਕਾਮ ਤੱਕ ਅੱਜ ਪਹੁੰਚਿਆ ਉਹਦੇ ਵਿੱਚ ਬੰਬੇ ਦੀ ਜ਼ਰੂਰਤ ਨਹੀਂ ਪਈ ਸੀ ਮੈਨੂੰ ਕਿਉਂਕਿ ਹੁਣ ਕਿਹਾ ਹੈ ਕਿ ਸੋਸ਼ਲ ਮੀਡੀਆ ਜਿੰਨਾ ਹੈ ਜਿਵੇਂ ਯੂਟਿਊਬ ਹੋ ਗਿਆ ਫੇਸਬੁੱਕ ਉਹਦੇ 'ਤੇ ਵੀਡੀਓ ਚੱਲਦੇ ਰਹੇ ਜਾਂ ਵਟਸਐਪ 'ਤੇ ਚੱਲੇ ਉੱਥੋਂ ਲਾਈਵ ਸ਼ੋਅ ਦਾ ਚੱਲਦਾ ਸੀ ਕੰਮ ਪਰ ਹੁਣ ਕਿਹਾ ਅਗਲੀ ਸਟੇਜ ਇਹ ਹੈ ਵੀ ਤੁਸੀਂ ਮੀਡੀਆ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਟੈਲੀਵਿਜ਼ਨ ਦੀ ਟੈਲੀਵਿਜ਼ਨ ਹੋ ਗਿਆ ਜਾਂ ਜਿਵੇਂ ਮੈਂ ਹੁਣ ਨੈੱਟਫਲਿਕਸ 'ਤੇ ਆਪਣਾ ਰਿਲੀਜ਼ ਕੀਤਾ ਜੀ ਉਹ ਸਾਰੇ ਮੀਡੀਆ ਹਾਊਸਿਸ ਬੰਬੇ ਬੈਠਦੇ ਹੈ ਜੇ ਤੁਸੀਂ ਇਹ ਸਾਰਾ ਐਕਸਪਲੋਰ ਕਰਨਾ ਹੈ ਵੀ ਟੈਲੀਵਿਜ਼ਨ ਕਰਨਾ ਹੈ ਜਾਂ ਨੈੱਟਫਲਿਕਸ ਜਾਂ ਐਮਾਜ਼ਾਨ ਪ੍ਰਾਈਮ ਜਾਂ ਤੁਸੀਂ ਮੂਵੀਜ਼ ਕਰਨੀ ਹੈ ਜੀ ਉਹਦੇ ਵਾਸਤੇ ਬੰਬੇ ਆਉਣ ਦੀ ਜ਼ਰੂਰਤ ਹੈ ਤੇ
बॉम्बे आन का असली इंपैक्ट मेरे ख्याल 2019 के एंड तक पता चलेगा, क्योंकि हूँ मेरे प्रोजेक्ट्स हैं जो बॉम्बे चल रहे हैं जिन्हों से काम हो रहा काफ़ी इंटरेस्टिंग जी। सन 2019 के एंड दिसंबर ही आई थिंक मैं बेटर आंसर कर पाऊंगा भी आन का फायदा होया कि नहीं होया, तो पता चलेगा बॉम्बे कितना प्यार दिता है। नैटफ्लिक्स देता है तो नैटफ्लिक्स तो आ गया, बट बाकी अगर कितना प्यार मिलता है देखते हैं, कोशिश हैगी है पूरी जारी। ਤੇ ਜਿਹੜਾ ਹੁਣ ਤੁਹਾਡਾ ਕੈਨੇਡਾ ਟੂਰ ਆ ਰਿਹਾ ਤੇ ਅਸੀਂ ਪ੍ਰਾਈਮ ਏਸ਼ੀਆ ਦੇ ਜਿਹੜੇ ਦਰਸ਼ਕ ਚਾਹੁੰਦੇ ਵੀ ਕੁਝ ਤੁਹਾਡੀ ਜਿਹੜੀ ਕਲਾ ਵਾ ਆਰਟ ਜਾਂ ਕੁਝ ਜੋਕਸ ਜਿਹੜੇ ਆ ਸਾਡੇ ਨਾਲ ਸਾਂਝੇ ਕਰੋ, ਕੁਝ ਨਵਾਂ ਤੁਸੀਂ ਕੀ ਲੈ ਕੇ ਆ ਰਹੇ ਥੋੜਾ ਜਿਹਾ ਪਤਾ ਲੱਗੇ ਜੀ। ਹਾਂਜੀ ਮੈਂ ਹੁਣ ਜਿਹੜੇ ਹੈ ਨਾ ਮੇਰੇ ਜੋਕਸ ਜਨਰਲੀ ਮੈਂ ਆਪਣੀ ਵਾਈਫ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਜ਼ਿਆਦਾ ਆਪਣੇ ਬੱਚਿਆਂ ਬਾਰੇ ਗੱਲ ਕਰ ਰਿਹਾ ਇਸ ਵਾਰੀ, ਐਜ਼ ਅ ਫਾਦਰ ਕਾਫੀ ਸਟੋਰੀਜ਼ ਲੈ ਕੇ ਆ ਰਿਹਾ ਨਵੀਂ। ਠੀਕ ਹੈ ਜੀ। ਜਿਵੇਂ ਕਿਉਂਕਿ ਮੇਰੇ ਦੋ ਬੱਚੇ ਹੈ ਜੀ, ਦੋਨੋਂ ਦੇ ਦੋਨੋਂ 13-14 ਸਾਲ ਦੇ ਆਸ ਪਾਸ ਜੀ, ਮੈਂ ਵੀ ਦੇਖਿਆ ਨਾ ਵੀ ਉਹ ਕਹਿੰਦੇ ਵੀ ਪਹਿਲੇ ਬੱਚੇ ਨਾਲ ਤੁਸੀਂ ਬੰਦੇ ਹੋ ਪੇਰੈਂਟ, ਦੋ ਬੱਚਿਆਂ ਨਾਲ ਬੰਦੇ ਹੋ ਰੈਫਰੀ। ਠੀਕ ਹੈ ਠੀਕ ਹੈ, ਵਾਹ ਜੀ ਵਾਹ ਕੀ ਬਾਤ ਹੈ। ਉਹ ਜਿਹੜਾ ਕਹਿੰਦਾ ਨਾ ਵੀ ਦੋ ਬੱਚੇ ਪਾਲਣ ਦਾ ਜਿਹੜਾ ਉਹ ਸਟਰਗਲ ਹੈ ਨਾ ਉਹ ਅਲੱਗ ਹੀ ਹੈ। ਮੈਂ ਕਹਿੰਦਾ ਵੀ ਜਿਵੇਂ ਤੁਹਾਡਾ ਇੱਕ ਬੱਚਾ ਤੁਸੀਂ ਦੂਜਾ ਪਲਾਨ ਕਰ ਰਹੇ ਹੋ ਨਾ, ਤੇ ਉਹਦੇ ਤੋਂ ਪਹਿਲੇ ਪ੍ਰੈਕਟਿਸ ਕਰੋ, ਪ੍ਰੈਕਟਿਸ ਕਰੋ ਵੀ ਇੱਕ ਪੈਪਸੀ ਦੋ ਗਲਾਸਾਂ ਵਿੱਚ ਇਕੁਅਲੀ ਕਿਵੇਂ ਡਿਵਾਈਡ ਹੁੰਦੀ ਹੈ। ਅੱਛਾ ਮੈਂ ਅਮਿਤ ਜੀ ਪੁੱਛਣਾ ਚਾਹੁੰਦਾ ਕਿ ਜਿਹੜੇ ਜਿਹੜਾ ਆਪਣਾ ਸ਼ਹਿਰ ਰਾਜਧਾਨੀ ਦਿੱਲੀ ਹੈ ਔਰ ਦਿੱਲੀ ਦੇ ਵਿੱਚ ਰਹਿਣਾ, ਔਰ ਕਹਿੰਦੇ ਕਿ ਵੀ ਉੱਥੇ ਤਾਂ ਬੰਦਾ ਜੰਮਦਾ ਹੀ ਕਲਾਕਾਰ ਪੈਦਾ ਹੁੰਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦਿੱਲੀ ਸੜਕਾਂ ਤੇ ਬੜੀ ਕਾਮੇਡੀ ਹੈ ਜੀ। ਠੀਕ ਹੈ, ਇੱਕ ਹੈ ਵੈਸੇ ਤਾਂ ਦਿੱਲੀ ਅੱਧਾ ਤਾਂ ਪੰਜਾਬ ਹੈ। ਹਾਂ ਬਿਲਕੁਲ, ਪੰਜਾਬ ਵਿੱਚ ਫੋਨ ਵਿੱਚ ਹੈਗੀ ਹੈ ਕਾਮੇਡੀ ਸਾਡੇ, ਜਿੰਨੀ ਹਾਜ਼ਰ ਜਵਾਬੀ ਹੈ ਜਿੰਨਾ ਕੁਛ ਹੈਗਾ ਉਹ ਮੇਰੇ ਖਿਆਲ ਕਿਸੇ ਹੋਰ ਕਲਚਰ ਵਿੱਚ ਉਨਾ ਆਉਂਦਾ ਨਹੀਂ ਜਿੰਨਾ ਪੰਜਾਬੀਆਂ ਵਿੱਚ ਆਉਂਦਾ। ਬਹੁਤ ਹਿਊਮਰ ਤਾਂ ਆਪਾਂ ਆਪਣੇ ਬਾਬੇ ਦਾਦੇ ਦਾਦੀਆਂ ਨਾਨੀਆਂ ਕੋਲ ਵੀ ਸਿੱਖਦੇ ਰਹਿੰਦੇ ਹਾਂ ਜੀ। ਹਾਂ ਦਿੱਲੀ ਵੈਸੇ ਹੀ ਟੁਰਦੇ ਫਿਰਦੇ ਸਾਰੀ ਸੜਕਾਂ ਦੀ ਕਾਮੇਡੀ ਹੈ, ਤੁਸੀਂ ਮਤਲਬ ਲੋਕਾਂ ਨੂੰ ਵੇਖ ਲਓ ਵਿਚਾਰੇ, ਮਤਲਬ ਭਾਵੇਂ ਅਗਲਾ ਲੇਟ ਹੋ ਰਿਹਾ ਨਾ ਆਫਿਸ ਜਾਣ ਨੂੰ ਤੇ ਉਹਨੂੰ ਰਸਤੇ 'ਚ ਕਿਸੇ ਨੇ ਕੱਟ ਤਾ ਕਾਰ ਤੇ ਮੋਟਰਸਾਈਕਲ, ਉਹ ਹੌਲੀ ਹੋ ਕੇ ਵਾਪਸ ਆ ਕੇ ਉਹਨੂੰ ਘੂਰ ਕੇ ਜਾਏਗਾ। ਠੀਕ ਹੈ, ਜਿਹਦਾ ਕੋਈ ਉਹਨੂੰ ਫਾਇਦਾ ਨਹੀਂ, ਭਾਵੇਂ ਉਹਦਾ ਅੱਧੇ ਇੱਕ ਦਿਨ ਦੀ ਤਨਖਾਹ ਕੱਟੀ ਜਾਏ ਪਰ ਉਹ ਘੂਰੀ ਵੱਟ ਕੇ ਜਾਣੀ ਹੁੰਦੀ ਹੈ। ਬਿਲਕੁਲ ਠੀਕ। ਤੇ ਅਮਿਤ ਜੀ 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 ਗੱਲ ਕੰਪਲੀਟ ਕਰੋ ਜੀ। ਹਾਂਜੀ ਹਾਂ, ਤੇ ਦਿੱਲੀ ਤਾਂ ਕਰਕੇ ਮੈਂ ਸੰਤ ਹਰ ਜਗ੍ਹਾ ਮੈਨੂੰ ਲੱਗਦਾ ਕਾਮੇਡੀ ਭਰੀ ਪਈ ਹੈ ਦਿੱਲੀ ਦਾ ਅੱਧਾ, ਜਿਵੇਂ ਲੋਕਾਂ ਦੇ ਹੋਰ ਕਿਤੇ ਐਵੇਂ ਦਾ ਨਹੀਂ ਹੁੰਦਾ, ਦਿੱਲੀ ਤੋਂ ਲੋਕੀ ਸ਼ਾਮੀ ਪ੍ਰੋਗਰਾਮ ਬਣਾਉਣਗੇ ਵੀ ਮੂਰਥਲ ਪਰੌਂਠੇ ਖਾਣੇ ਜਾਣਦਾ। ਬਿਲਕੁਲ ਠੀਕ ਬਿਲਕੁਲ ਠੀਕ। ਤੁਸੀਂ ਪੁੱਛੋ ਕਿਸੇ ਨੂੰ 45 ਕਿਲੋਮੀਟਰ ਡਰਾਈਵ ਕਰਕੇ ਜਾ ਰਿਹਾ ਕਾਰਨ ਕੀ ਜਾ ਰਿਹਾ ਵੀ ਦੋ ਪਰੌਂਠੇ ਖਾਣੇ ਆ। ਅੱਛਾ ਅਮੀ ਜੀ ਮੈਂ ਜਾਣਨਾ ਚਾਹੁੰਦਾ ਕਿ ਤੁਹਾਡਾ ਪਹਿਲਾਂ ਕਾਮੇਡੀ ਦੇ ਵਿੱਚ ਆਈਡਲ ਕੌਣ ਸੀਗੇ? ਤੁਸੀਂ ਸੋਚਦੇ ਸੀ ਯਾਰ ਇਹ ਬੰਦਾ ਬਹੁਤ ਵਧੀਆ ਕਾਮੇਡੀ ਕਰਦਾ, ਇਹ ਤੋਂ ਮੈਂ ਕੁਛ ਸਿੱਖਾਂ, ਆਪਣੇ ਯੋਸਚਰ ਸਿੱਖਾਂ ਵੀ ਸਟੇਜ ਦੇ ਉੱਪਰ ਵਾਕ ਕਿਵੇਂ ਲੈਣੀ ਆ, ਕਿਵੇਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਆ, ਬਹੁਤ ਕੁਛ ਤੁਹਾਨੂੰ ਸਿੱਖਣਾ ਵੀ ਪੈਂਦਾ ਸਟੇਜ ਦੇ ਉੱਪਰ ਜਾਣ ਵਾਸਤੇ, ਉਹ ਥੋੜ੍ਹਾ ਬਹੁਤ ਬੇਸਿਕ ਟ੍ਰੇਨਿੰਗ ਕਿੱਥੋਂ ਲਈ ਕਿ ਬਸ ਤੁਹਾਨੂੰ ਪਤਾ ਸੀ ਆਪਣੇ ਆਪ 'ਚ ਇੰਨਾ ਕੌਨਫੀਡੈਂਸ ਸੀ ਕਿ ਵੀ ਹਾਂ ਮੈਂ ਕਰ ਸਕਦਾ? ਨਹੀਂ ਨਹੀਂ, ਫਸਟ ਇੰਸਪੀਰੇਸ਼ਨ ਆਈ ਥਿੰਕ ਜੌਨੀ ਲੀਵਰ ਸਰ, ਕਿਉਂਕਿ ਅਸੀਂ ਜਦੋਂ ਵੱਡੇ ਹੋ ਰਹੇ ਸੀ ਉਦੋਂ ਜੌਨੀ ਲੀਵਰ ਸਰ ਦੀਆਂ ਕੈਸਟਾਂ ਆਉਂਦੀਆਂ ਸੀ, ਤੇ ਮੈਨੂੰ ਯਾਦ ਆ ਮੈਂ ਕੱਲ 6th ਜਾਂ 7th ਕਲਾਸ ਵਿੱਚ ਸੀਗਾ, ਮੈਂ ਉਦੋਂ ਇੱਕ ਵਾਰੀ ਇੱਕ ਕਾਮੇਡੀ ਐਕਟ ਕੀਤਾ ਵੀ ਸੀ, ਉਹ ਜੌਨੀ ਲੀਵਰ ਸਰ ਦੀ ਕੈਸਟ ਸੁਣ ਕੇ ਮੈਂ ਉਹਨਾਂ ਦਾ ਹੀ ਐਕਟ ਕੀਤਾ ਸੀ। ਠੀਕ ਹੈ, ਤੇ ਉਦੋਂ ਉਹੀ ਕਾਮੇਡੀ ਅਸੀਂ ਪਹਿਲੀ ਵਾਰੀ ਸੁਣੀ ਸੀ, ਤੇ ਅੱਜ ਤੱਕ ਹੀ ਇਜ਼ ਐਨ ਇੰਸਪੀਰੇਸ਼ਨ, ਉਹ ਮੇਰੇ ਕੱਲ 60 ਸਾਲ ਦੇ ਆਸ ਪਾਸ ਹੋ ਚੁੱਕੇ ਹੈ, ਤਾਂ ਵੀ 2-2 ਘੰਟੇ ਦੇ ਸ਼ੋਅ ਲਗਾਤਾਰ ਕਰਦੇ ਆ ਸਟੇਜ ਤੇ, ਉਹ ਐਨਰਜੀ ਲੈਵਲ ਉਹ ਜੋ ਕਨੈਕਟ ਹੈ ਉਸ 2 ਘੰਟੇ ਦਾ, ਜੇ ਤੁਸੀਂ ਜੌਨੀ ਲੀਵਰ ਸਰ ਦਾ ਸ਼ੋਅ ਦੇਖੋਗੇ ਉਹ ਤੁਹਾਨੂੰ ਹਸਾਣਗੇ ਵੀ ਰੁਲਾਣਗੇ ਵੀ, ਮਿਊਜ਼ਿਕ ਵੀ ਕਰਨਗੇ ਡਾਂਸ ਵੀ ਕਰਨਗੇ ਸਟੇਜ ਤੇ, ਉਸ ਲੈਵਲ ਦਾ ਮੇਰੇ ਖਿਆਲ ਇੰਡੀਆ 'ਚ ਕੋਈ ਹੋਰ ਕਮੇਡੀਅਨ ਹੈ ਨਹੀਂ ਜੋ ਉਹ ਮੁੱਠੀ 'ਚ ਕਰਕੇ ਰੱਖਦੇ ਸੀ ਜਾਂ ਹਾਲੇ ਵੀ ਰੱਖਦੇ ਹੈ ਆਪਣੀ ਆਡੀਅੰਸ ਨੂੰ, ਉਸ ਲੈਵਲ ਦਾ ਕੋਈ ਨਹੀਂ, ਉਹ ਅਲੱਗ ਲੈਵਲ ਦੀ ਇੰਸਪੀਰੇਸ਼ਨ। ਪ੍ਰੋਗਰਾਮ ਦਾ ਸਮਾਂ ਅਮਿਤ ਜੀ ਗੱਲਾਂ ਦਾ ਮਤਲਬ ਤੁਹਾਡੀਆਂ ਇੰਨੀਆਂ ਦਿਲਚਸਪ ਇੰਨੀਆਂ ਮਸਾਲੇਦਾਰ ਹੈ ਚੱਲ ਰਹੀਆਂ ਨੇ, ਲੇਕਿਨ ਅਖੀਰ ਦੇ ਵਿੱਚ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਖਤਮ ਹੋ ਰਿਹਾ ਹੈ, ਤੇ ਆਪਣੇ ਕੈਨੇਡਾ ਟੂਰ ਜਿਹੜਾ 2019 ਉਹਦੇ ਬਾਰੇ ਕੁਛ ਦੱਸ ਦਿਓ ਅਖੀਰ ਦੇ ਵਿੱਚ, ਕੀ ਤੁਸੀਂ ਕਹਿਣਾ ਚਾਹੋਗੇ ਆਪਣੇ ਵਿਊਜ਼ ਨੂੰ? ਤੇ ਸਾਡੇ ਵੱਲੋਂ ਵੀ ਐਸੇ ਬੈਸਟ ਵਿਸ਼ਿਜ਼ ਆ ਕਿ ਅਸੀਂ ਵੀ ਪੂਰਾ ਹੱਲਾਸ਼ੇਰੀ ਨਾਲ ਜ਼ੋਰ ਲਾਵਾਂਗੇ ਕਿ ਇਹ ਸ਼ੋਅ ਜਿਹੜਾ ਕਿ ਵੀ ਪੰਜਾਬੀ ਹੈ ਭਰ ਦੇਣ ਪੂਰਾ ਜੀ, ਬੱਲੇ ਬੱਲੇ ਕਰਵਾ ਦੇਣੇ ਦੀ। ਥੈਂਕ ਯੂ ਸੰਤ ਸਾਹਿਬ, ਇਸ ਵਾਰੀ ਕਿਆ ਹੈ ਜਿਹੜਾ ਸ਼ੋਅ ਹੈ ਉਹਦੇ ਵਿੱਚ ਕਾਫੀ ਪਰਸਨਲ ਸਟੋਰੀਜ਼ ਐਸੀਆਂ ਲੈ ਕੇ ਆ ਰਹੇ ਹਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਲੋਕਾਂ ਦੇ ਘਰਾਂ 'ਚ ਵੀ ਹੋਈਆਂ ਹੋਣਗੀਆਂ,
ਬਿਲਕੁਲ ਨਵਾਂ ਮਟੀਰੀਅਲ ਹੈ ਜਿਹੜੇ ਤੁਸੀਂ ਜੇ ਜੋਕਸ ਮੈਨੂੰ ਕਦੀ ਆਨਲਾਈਨ ਦੇਖਿਆ ਜਾਂ ਲਾਈਵ ਵੀ ਦੇਖਿਆ ਕੈਨੇਡਾ ਵਿੱਚ ਜਾਂ ਨੈਟਫਲਿਕਸ ਤੇ ਵੀ ਦੇਖਿਆ ਉਹਦੇ ਤੋਂ ਵੀ ਅਲੱਗ ਮਟੀਰੀਅਲ ਨਵੀਆਂ ਕਹਾਣੀਆਂ ਲੈ ਕੇ ਆ ਰਿਹਾ ਐਸੀਆਂ ਕਹਾਣੀਆਂ ਜੋ ਹੁਣ ਇੱਥੇ ਟ੍ਰਾਈ ਟੈਸਟਡ ਹੈ ਇੰਡੀਆ ਵਿੱਚ ਪਰ ਜਿੱਥੇ ਵੀ ਕੀਤੀਆਂ ਉੱਥੇ ਲੋਕਾਂ ਨੇ ਇਹ ਕਿਹਾ ਵੀ ਇਹ ਮੇਰੇ ਘਰ ਦੀ ਕਹਾਣੀ ਹੈ ਮੈਨੂੰ ਲੱਗਦਾ ਵੀ ਇਹ ਤੁਸੀਂ ਜੋ ਸੁਣਾ ਰਹੇ ਹੋ ਇਹ ਮੇਰੇ ਨਾਲ ਰੋਜ਼ ਹੁੰਦਾ ਠੀਕ ਹੈ ਤੇ ਮੈਨੂੰ ਤੁਹਾਨੂੰ ਵੀ ਉਹੀ ਲੱਗੇਗਾ ਇਹ ਪੰਜ ਸ਼ਹਿਰ ਕਰ ਰਹੇ ਹਾਂ ਜਿਹੜਾ ਪਿਛਲੀ ਵਾਰੀ ਕੀਤੇ ਸੀ ਟੋਰਾਂਟੋ ਵੈਂਕੂਵਰ ਮੋਂਟਰੀਅਲ ਨਵਾਂ ਕਰ ਰਹੇ ਸੀ ਤੇ ਨਾਲ ਕੈਲਗਰੀ ਤੇ ਐਡਮੰਟਨ ਤੇ ਉਮੀਦ ਹੈ ਕਿ ਵੈਸਾ ਹੀ ਪਿਆਰ ਮਿਲੇਗਾ ਇਸ ਵਾਰ ਵੀ ਜਿਵੇਂ ਲਾਸਟ ਟਾਈਮ ਮਿਲਿਆ ਸੀ ਬਿਲਕੁਲ ਜੀ ਉਸੇ ਤਰੀਕੇ ਨਾਲ ਮਿਲੇਗਾ ਅਮਨ ਜੀ ਔਰ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਬੜਾ ਮਜ਼ਾ ਆਇਆ ਗੱਲਾਂ ਬਾਤਾਂ ਕਰਦਾ ਤੁਹਾਨੂੰ ਪਤਾ ਸਮੇਂ ਦੀ ਪਾਬੰਦੀ ਹੈਗੀ ਹੈ ਗੱਲਾਂ ਤਾਂ ਹੋਰ ਬਹੁਤ ਸੀਗੀ ਮੇਰੇ ਮਨ ਦੇ ਵਿੱਚ ਗੱਲ ਕਰਨੀ ਸੀ ਤੁਹਾਡੇ ਵਾਸਤੇ ਕੈਨੇਡਾ ਬੈ ਕੇ ਗੱਲਾਂ ਕਰਾਂਗੇ ਕੈਨੇਡਾ ਬੈ ਕੇ ਕਰਾਂਗੇ ਫਿਰ ਤੁਹਾਡੀ ਲਾਈਵ ਇੰਟਰਵਿਊ ਜਿਹੜੀ ਸਟੂਡੀਓ ਦੇ ਵਿੱਚ ਲੰਬੀ ਇੰਟਰਵਿਊ ਕਰਾਂਗੇ ਜੀ ਔਰ ਤੁਹਾਨੂੰ ਮੁਖਾਤਬ ਤੁਸੀਂ ਸਾਡੇ ਦਰਸ਼ਕਾਂ ਦੇ ਹੋਏ ਤੁਹਾਡਾ ਧੰਨਵਾਦ ਤੇ 2019 ਦਾ ਜਿਹੜਾ ਤੁਹਾਡਾ ਸ਼ੋਅ ਆ ਤੇ ਸਾਡੇ ਵੱਲੋਂ ਇਹ ਹੈਗਾ ਕਿ ਦੁਆ ਕਿ ਇਹ ਪੂਰਾ ਸਕਸੈਸ ਜਾਵੇ ਸੁਪਰ ਡੂਬਰ ਹਿੱਟ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੋੜੀ ਠੰਡ ਘੱਟ ਕਰਾ ਦੇਣਾ ਬਸ ਉੱਤੇ ਜੀ ਬਿਲਕੁਲ ਜੀ ਕੋਈ ਨਹੀਂ ਜੀ ਕੋਸ਼ਿਸ਼ ਕਰਾਂਗੇ ਅਰਦਾਸਾਂ ਕਰਾਂਗੇ ਜੀ ਰੱਬ ਨੂੰ ਠੰਡ ਥੋੜੀ ਜਿਹੀ ਘੱਟ ਹੋ ਜੇ ਤੇ ਇਹ ਸੀ ਜੀ ਅਮਿਤ ਟੰਡਨ ਜੀ ਔਰ 2019 ਦਾ ਜਿਹੜਾ ਇਹ ਸ਼ੋਅ ਹੋ ਰਿਹਾ ਹੈ ਔਰ ਸਾਡੀ ਅਪੀਲ ਹੈ ਕਿ ਤੁਸੀਂ ਇਸ ਸ਼ੋਅ ਦੇ ਵਿੱਚ ਹੁੰਮ ਹਮਾ ਕੇ ਪੁੱਜੋ ਕਿਉਂਕਿ ਕੈਨੇਡਾ ਦੀ ਸਟ੍ਰੈਸ ਭਰੀ ਲਾਈਫ ਦੇ ਵਿੱਚ ਕੁਝ ਪਲ ਜਿਹੜੇ ਹਾਸੇ ਦੇ ਬਹੁਤ ਜ਼ਰੂਰੀ ਹੁੰਦੇ ਨੇ ਅਤੇ ਜ਼ਰੂਰ ਆਇਓ ਜੀ ਅਤੇ ਪ੍ਰੋਗਰਾਮ ਦਾ ਸਮਾਂ ਸਮਾਪਤ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ